ਜੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਜੀ ਗਾਇਸ ਚੈੱਕ ਕਰੋ ਸਾਡੇ ਕੋਲ ਪ੍ਰੋਗਰਾਮ ਹੈ ਸ਼ਾਦੀ ਦਾ। ਠੀਕ ਹੈ, ਸ਼ਾਦੀ ਦੀ ਅਸੀਂ ਤਿਆਰੀ ਕਰ ਰਹੇ ਹਾਂ, ਉਹਦੇ ਵਿੱਚ ਅਸੀਂ ਮੁਰਗੀ ਤਲ ਰਹੇ ਹਾਂ। ਹੁਣ ਇਹ ਵੇਖਿਆ ਕੜਾਹੀਆਂ ਲਾਈ ਦੀਆਂ, ਬੱਚੇ ਤਲ ਰਹੇ ਨੇ, ਮੁਰਗੀ ਤਲ ਰਹੇ ਨੇ, ਇਹ ਵੇਖੋ ਚੈੱਕ ਕਰ। ਠੀਕ ਹੈ ਜੀ, ਅਸੀਂ ਮੁਰਗੀ ਤਲਨੀ ਹੈ ਅਤੇ ਸੁਬਹਾ ਦਾ ਅਸੀਂ ਬਣਾਉਣਾ ਕੌਰਮਾ। ਠੀਕ ਹੈ, 300 ਬੰਦੇ ਦਾ ਪ੍ਰੋਗਰਾਮ ਹੈਗਾ ਸਾਡੇ ਕੋਲ, ਅਤੇ ਉਹਦਾ ਅਸੀਂ ਬਲਾਕ ਬਣਾ ਰਹੇ ਹਾਂ, ਵਲੀਮੇ ਦਾ ਬਲਾਕ ਬਣਾ ਰਹੇ ਹਾਂ। ਠੀਕ ਹੈ, ਕਿਆ ਬਾਤ ਹੈ ਜੀ, ਇਹ ਵੇਖੋ ਮੁਰਗੀ ਤਲੋ ਰਹੀ ਹੈ। ਠੀਕ ਹੈ, ਤਲ ਕੇ ਮੁਰਗੀ ਬਣਾਉਣੀ ਆ ਅਸੀਂ, ਫਰਾਈ ਕਰਕੇ ਮੁਰਗੀ, ਅਤੇ ਫਿਰ ਅਸੀਂ ਅੱਜ ਕੌਰਮਾ ਬਣਾਉਣਾ ਸੁਬਹਾ। ਹੈ ਕਿਆ ਬਾਤ ਹੈ ਜੀ ਜੀ ਭਾਈ ਜੀ, ਕੰਮ ਸ਼ੁਰੂ ਹੋ ਗਿਆ ਹੁਣ ਸਾਡਾ ਕੌਰਮਿਆਂ ਦਾ, ਜਿਹੜਾ ਫਰਾਈ ਕੌਰਮਾ ਅਸੀਂ ਤਿਆਰ ਕਰਨਾ, ਚਿਕਨ ਫਰਾਈ ਕੌਰਮਾ। ਠੀਕ ਹੈ ਜੀ, ਉਹ ਤਿਆਰ ਕਰਨ ਲੱਗਿਆਂ ਇਹ ਰਾਤ ਦਾ ਅਸੀਂ ਮੁਰਗੀ ਤਲ ਕੇ ਰੱਖ ਲਈ ਦੀ ਹੈ, ਅਤੇ ਇਹ ਵੇਖੋ ਇਹ ਹੁਣ ਪਤੀਲਿਆਂ ਨੂੰ ਲਾਤਾ ਘਿਓ। ਠੀਕ ਹੈ, ਆਇਲ ਆਉਣ ਲੱਗਿਆਂ, ਸੂਫੀ ਆਇਲ ਆਉਣ ਲੱਗਿਆਂ ਪਤੀਲਿਆਂ ਨੂੰ। ਇਹ ਵੇਖੋ 5 ਪਤੀਲੇ ਰੱਖ ਦਿੱਤੇ ਨੇ, ਇਹ ਤੋੜੋ ਤੋੜ ਪਤੀਲੇ ਹੈਗੇ ਨੇ ਸਾਰੇ। ਠੀਕ ਹੈ ਜੀ, ਇਹ ਹੁਣ ਕੌਰਮਿਆਂ ਦੀ ਅਸੀਂ ਤਿਆਰੀ ਸ਼ੁਰੂ ਕਰਨ ਲੱਗੇ ਜੀ। ਇਹ ਵੇਖੋ ਜੀ, ਇਹ ਲੱਗ ਗਿਆ ਜੀ ਲਸਣ ਅਦਰਕ। ਠੀਕ ਹੈ, ਸਾਰੇ ਪਤੀਲਿਆਂ 'ਚ ਲੱਗ ਗਿਆ, ਇਹ ਵੇਖੋ ਲਸਣ ਅਦਰਕ ਸਾਰਿਆਂ 'ਚ ਹੀ ਲੱਗ ਗਿਆ, ਇਹ ਚੈੱਕ ਕਰੋ ਜੀ, ਇਹ ਚੈੱਕ ਕਰ ਲਓ, ਇਹ ਲੱਗ ਗਿਆ ਜੀ ਮਸਾਲਾ। ਠੀਕ ਹੈ, 16-16 ਕਿਲੋ ਕੌਰਮਾ। ਇਸ ਤਰ੍ਹਾਂ ਲਸਣ ਅਦਰਕ ਦੇ ਵਿੱਚ ਪਹਿਲੇ ਮਸਾਲਾ ਭੁੰਨ ਲੈਣਾ, ਅਤੇ ਫਿਰ ਬਾਅਦ 'ਚ ਗ੍ਰੇਵੀ ਲਾਉਣੀ ਹੈ, ਜਿਹੜੀ ਵੀ ਲਾਉਣੀ ਹੈ। ਚਲੋ ਜੀ, ਲਾਓ ਮਸਾਲਾ, ਤੁਸੀਂ ਵੀ ਗ੍ਰੇਵੀ ਲਾਓ। ਚਲੋ ਜੀ, ਇਹ ਗ੍ਰੇਵੀ ਆ ਗਈ, ਇੱਕ ਡੱਬਾ ਪੂਰਾ 5 ਕਿਲੋ ਗ੍ਰੇਵੀ, ਲਾ ਮਸਾਲੇ ਸਾਰੇ ਜੀ। ਵੇਖੋ ਭਾਈ ਜੀ, ਸਾਰਿਆਂ ਦੇ ਵਿੱਚ ਗ੍ਰੇਵੀ ਲੱਗ ਗਈ ਆ। ਠੀਕ ਹੈ, ਇਹਨਾਂ ਨੂੰ ਗੜ ਬਲਵਾ ਕੇ, ਅਤੇ ਨਾਲ ਹੀ ਮੁਰਗੀ ਲਾ ਦੇਣੀ। ਲਓ ਜੀ, ਇਹ ਮੁਰਗੀ ਲਾਉਣ ਲੱਗੇ ਹੁਣ। ਠੀਕ ਹੈ, ਮੁਰਗੀ ਸਾਫ ਕਰਕੇ ਰੱਖ ਲਈ ਦੀ ਹੈ ਅਸੀਂ ਪਹਿਲੇ। ਲਿਆਓ ਜੀ, ਇਹ ਆ ਗਈ ਤਕਰੀਬਨ 2.5 ਪਰਾਤਾਂ ਲੱਗਣੀਆਂ ਨੇ, 16-16 ਕਿਲੋ ਮੁਰਗੀ ਲੱਗਣੀ ਹੈ, ਇੱਕ ਇੱਕ ਪਤੀਲੇ 'ਚ 2.5 ਪਰਾਤਾਂ ਲੱਗਣੀਆਂ। ਇਹ ਭਾਈ ਜੀ, ਹਲਕੀ ਕੈਚਅਪ ਵੀ ਟੱਚ ਕਰਨੀ ਆ। ਠੀਕ ਹੈ, ਇਹਦੇ 'ਚ ਹੋਰ ਲਾ ਕੈਚਅਪ, ਕੈਚਅਪ ਦਾ ਵੀ ਜ਼ਾਇਕਾ ਕੁਛ ਆਪਣਾ ਹੀ ਹੈ। ਚਿਕਨ ਕੌਰਮੇ ਦੇ ਵਿੱਚ, ਫਰਾਈ ਚਿਕਨ ਦੇ ਵਿੱਚ ਕੈਚਅਪ ਥੋੜ੍ਹੀ ਜਿਹੀ ਪਾ ਲਿਆ ਕਰੋ, ਅਤੇ ਬਹੁਤ ਮਜ਼ਾ ਆਇਆ ਕਰੇਗਾ ਕੈਚਅਪ ਦਾ। ਚਲੋ ਜੀ, ਇਹ ਆ ਗਿਆ ਜੀ ਕੜਾਹੀ ਮਸਾਲਾ, ਇੱਥੇ ਹੀ ਸਾਰੇ ਮਸਾਲੇ ਅਸੀਂ ਹੁਣ ਪੂਰੇ ਕਰ ਲੈਣੇ ਨੇ। ਪਾਣੀ ਲਾਉਣਾ ਤਾਂ ਥੋੜ੍ਹਾ ਜਿਹਾ, ਬਸ ਉਹਨੂੰ ਗੜਕ ਲਾਉਣ ਵਾਸਤੇ ਮਸਾਲੇ ਇੱਥੇ ਹੀ ਪੂਰੇ ਕਰਕੇ, ਨਾਲ ਹੀ ਪਾਣੀ ਲਾ ਕੇ ਗੜਕ ਲਵਾਉਣੀ ਹੈ, ਅਤੇ ਕੌਰਮਾ ਤਿਆਰ। ਇਹ ਆ ਗਿਆ ਦੁੱਧ, ਦੁੱਧ ਵੀ ਇੱਥੇ ਲਾ ਲੈਣਾ। ਠੀਕ ਹੈ, ਅੱਗਾਂ ਬਾਅਦ 'ਚ ਲਾਉਣੀਆਂ ਨੇ ਹੁਣ, ਗ੍ਰੇਵੀ ਫਰਾਈ ਕਰਕੇ ਅਤੇ ਕੌਰਮਾ ਚਿਕਨ ਲਾ ਕੇ ਵਿੱਚ,
ਹਰ ਚੀਜ਼ ਲਾ ਕੇ ਇੱਥੇ ਮਸਾਲੇ ਪੂਰੇ ਕਰ ਲੈਣੇ ਨੇ ਅਤੇ ਬਾਅਦ 'ਚ ਅੱਗਾਂ ਲਾ ਲਈਆਂ। ਲਓ ਜੀ ਭਾਈ ਜੀ, ਇਹ ਆ ਗਿਆ ਜੀ ਪਾਣੀ, ਤਕਰੀਬਨ 1.5 ਤੋਂ 2 ਕਿਲੋ ਪਾਣੀ ਲਾਉਣਾ, ਜ਼ਿਆਦਾ ਨਹੀਂ ਲਾਉਣਾ। ਪਾਣੀ ਲਓ ਜੀ, ਇਹ ਲਾਗ ਲੱਗਿਆ ਜਾਵੇ, ਇਹਨਾਂ ਨੂੰ ਦਮ ਹੋਣਾ ਸੀ, ਉਹ 5-5, 7-7 ਮਿੰਟ ਸਿਰਫ ਦਮ ਲਾਉਣਾ, ਜ਼ਿਆਦਾ ਨਹੀਂ। ਲਓ ਜੀ ਢੱਕਣੇ ਇਹਦੇ 'ਤੇ ਵੀ, ਸਾਰਿਆਂ 'ਤੇ ਢੱਕਣੇ ਲਾ ਦਿਓ। ਚਲੋ ਠੀਕ ਹੋ ਗਿਆ। ਚਲੋ ਭਾਈ ਜੀ, ਸਾਰੇ ਪਤੀਲਿਆਂ 'ਤੇ ਢੱਕਣੇ ਲੱਗ ਗਏ ਨੇ, ਇਹਨਾਂ ਨੂੰ ਹੁਣ ਅਸੀਂ ਲਾਉਣਾ ਦਮ 5-5 ਮਿੰਟ ਵਾਸਤੇ, ਜ਼ਿਆਦਾ ਨਹੀਂ। ਭਾਈ ਜੀ ਇਹ ਲੱਗਣ ਲੱਗਾ ਗਰਮ ਮਸਾਲਾ, ਕਾਲੀ ਮਿਰਚ ਪਾਊਡਰ, ਧਨੀਆ ਪਾਊਡਰ, ਠੀਕ ਹੈ, ਇਹ ਲੱਗ ਗਿਆ ਜੀ। ਸਾਰਿਆਂ ਨੂੰ ਜੀ ਇੱਕ ਇੱਕ ਚਮਚ, 1.5-1.5 ਚਮਚ ਲੱਗਣਾ। ਇਹ ਵੀ ਮਸਾਲਾ ਕਮਾਲ ਦਾ ਸਾਡਾ, ਇਹ ਮਸਾਲਾ ਤੁਸੀਂ ਘਰ ਵੀ ਬਣਾ ਕੇ ਰੱਖੋਗੇ ਨਾ ਤਾਂ ਯਕੀਨ ਕਰੋ ਹੰਡੀਆਂ ਦਾ ਇਸ ਤਰ੍ਹਾਂ ਦਾ ਮਜ਼ਾ ਆਏਗਾ ਜਿਵੇਂ ਤੁਸੀਂ ਸ਼ਾਦੀ ਵਿਆਹ 'ਤੇ ਹੰਡੀ ਖਾ ਰਹੇ ਹੋ। ਲਾ ਦਿਓ ਜੀ, ਲਾ ਦਿਓ ਸਾਰਿਆਂ ਦੇ ਵਿੱਚ ਕੜਛੀ ਲਾ ਦਿਓ। ਲਓ ਜੀ ਭਾਈ ਜੀ, ਕੋਰਮਾ ਹੋ ਗਿਆ ਤਿਆਰ, ਠੀਕ ਹੈ ਜੀ, ਕਿਆ ਬਾਤ। ਲਓ ਜੀ ਮਾਸ਼ਾਅੱਲਾ, ਕੋਰਮਾ ਤਿਆਰ ਹੋ ਗਿਆ ਸਾਡਾ। ਲਓ ਜੀ ਇਹ ਆ ਗਈਆਂ ਜੀ ਹੁਣ ਕਰੀਮਾਂ, ਬਾਅਦ ਦੇ ਵਿੱਚ ਲਾਉਣੀਆਂ ਨੇ ਇਹਨਾਂ ਨੂੰ, ਠੀਕ ਹੈ। ਬਾਅਦ 'ਚ ਜਿਸ ਵੇਲੇ ਅਸੀਂ ਖਾਣਾ ਖਿਲਾਵਾਂਗੇ ਗਰਮ ਕਰਕੇ ਅਤੇ ਨਾਲ ਹੀ ਇਹ ਮਿਕਸ ਹੋ ਜਾਣੀ, ਇਹ ਲੱਗ ਗਈ ਜੀ। ਲਓ ਜੀ ਮਾਸ਼ਾਅੱਲਾ, ਕਿਆ ਬਾਤ ਹੈ ਜੀ। ਫਰਾਈ ਚਿਕਨ, ਠੀਕ ਹੈ, ਜਿਹੜਾ ਅਸੀਂ ਤਿਆਰ ਕੀਤਾ ਹੈ ਅਤੇ ਬਹੁਤ ਕਮਾਲ ਦਾ ਤਿਆਰ ਹੋਇਆ, ਕਮਾਲ ਹੋ ਗਿਆ ਜੀ, ਕਮਾਲ ਹੈ, ਜ਼ਬਰਦਸਤ, ਕਿਆ ਬਾਤ ਹੈ ਜੀ, ਮਾਸ਼ਾਅੱਲਾ ਜੀ, ਮਾਸ਼ਾਅੱਲਾ। ਲਓ ਜੀ ਭਾਈ ਜੀ, ਫਰਾਈ ਚਿਕਨ ਅਸੀਂ ਜਿਹੜਾ ਤਿਆਰ ਕਰ ਦਿੱਤਾ, ਠੀਕ ਹੈ, ਅਤੇ ਬਹੁਤ ਹੀ ਕਮਾਲ ਦਾ ਤਿਆਰ ਹੋਇਆ ਅਤੇ ਬੜਾ ਹੀ ਮਜ਼ੇਦਾਰ ਤਿਆਰ ਹੋਇਆ। ਹੁਣ ਅਸੀਂ ਲੱਗੇ ਹਾਂ ਚੌਲਾਂ 'ਤੇ ਪਾ ਕੇ ਖਾਣ, ਠੀਕ ਹੈ। ਅਤੇ ਇਹ ਭਾਈ ਜੀ, ਅਗਰ ਸਾਡੇ ਚੈਨਲ 'ਤੇ ਤੁਸੀਂ ਨਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਲਾਈਕ ਕਰੋ ਅਤੇ ਕਮੈਂਟ ਕਰੋ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਕਿ ਸਾਡੀ ਹਰ ਵੀਡੀਓ ਜਿਹੜੀ ਵੀ ਨਹੀਂ ਆਉਣ ਵਾਲੀ ਵੀਡੀਓ ਹੈ ਤੁਹਾਡੇ ਤੱਕ ਪਹੁੰਚ ਸਕੇ, ਠੀਕ ਹੈ ਜੀ। ਅਤੇ ਅਗਲੀ ਵੀਡੀਓ 'ਚ ਹੁਣ ਸਾਡੀ ਮੁਲਾਕਾਤ ਹੋਏਗੀ। ਸ਼ੁਕਰੀਆ ਜੀ, ਖੁਦਾ ਹਾਫਿਜ਼।